ਤਾਂ ਦੱਸ ਦੇ ਕਿ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਕਾਂਗਰਸੀ ਆਗੂ ਦੇ ਘਰ ਦੇ ਉੱਤੇ ਹਮਲਾਵਰਾਂ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਮੌਕੇ 'ਤੇ ਇਹਨਾਂ ਦੇ ਵੱਲੋਂ ਗੋਲੀਆਂ ਵੀ ਚਲਾਉਣ ਦੇ ਦੋਸ਼ ਲਗਾਏ ਗਏ ਨੇ ਤਾਂ ਹਮਲਾਵਰਾਂ ਦੇ ਵੱਲੋਂ ਇੱਕ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ ਹੈ ਤਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਖਸ ਨੇ ਦੱਸਿਆ ਕਿ ਉਹ ਆਪਣੇ ਘਰ ਸੁੱਤੇ ਹੋਏ ਸੀ ਤਾਂ ਉਹਨਾਂ ਦੇ ਮੁੰਡੇ ਨੂੰ ਉਹਨਾਂ ਦੇ ਪਿੰਡ ਦਾ ਇੱਕ ਨੌਜਵਾਨ ਛੱਡਣ ਦੇ ਲਈ ਆਉਂਦਾ ਅਤੇ ਉਹ ਆਪਣੀ ਸਫਾਰੀ ਗੱਡੀ ਦੇ ਵਿੱਚ ਆਇਆ ਸੀ। ਜਿਵੇਂ ਹੀ ਉਹ ਘਰ ਦੇ ਬਾਹਰ ਪਹੁੰਚੇ ਤਾਂ ਮਗਰ ਹੀ 5-6 ਮੋਟਰਸਾਈਕਲਾਂ ਅਤੇ ਇੱਕ ਕਾਰ ਦੇ ਵਿੱਚ 15-20 ਹਮਲਾਵਰ ਪਿੰਡ 'ਚੋਂ ਸ਼ਰੇਆਮ ਟਕੂਏ ਅਤੇ ਗੰਡਾਸੇ ਕਿਰਪਾਨਾਂ ਅਤੇ ਹੋਰ ਹਥਿਆਰ ਲਹਿਰਾਉਂਦੇ ਹੋਏ ਆਉਂਦੇ ਨੇ ਅਤੇ ਉਹਨਾਂ ਦੇ ਘਰ ਦੇ ਉੱਤੇ ਇਹਨਾਂ ਹਥਿਆਰਾਂ ਦੇ ਨਾਲ ਹਮਲਾ ਕਰਦੇ ਨੇ ਅਤੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਨੇ ਤਾਂ ਇਹਨਾਂ ਦੇ ਵੱਲੋਂ ਮੌਕੇ 'ਤੇ ਮੌਜੂਦ ਸਫਾਰੀ ਗੱਡੀ ਦੀ ਭੰਨ ਤੋੜ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਗੇਟ 'ਤੇ ਹਮਲਾ ਕੀਤਾ ਜਾਂਦਾ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਪਹਿਲਾਂ ਗੱਡੀ ਭੰਨੀ ਗਈ ਫਿਰ ਇਹਨਾਂ ਦੇ ਗੇਟ ਦੇ ਉੱਤੇ ਹਮਲਾ ਕੀਤਾ ਗਿਆ। ਤਾਂ ਉਹਨਾਂ ਦੱਸਿਆ ਕਿ ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਘਰ ਦੇ ਵਿੱਚ ਮਹਿਲਾਵਾਂ ਵੀ ਮੌਜੂਦ ਸੀ ਅਤੇ ਇਹ ਸਭ ਵੇਖ ਕੇ ਇਹ ਸਾਰੇ ਡਰ ਗਏ ਅਤੇ ਇਹਨਾਂ ਦੇ ਵੱਲੋਂ ਫਿਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਤਾਂ ਇਸ ਤੋਂ ਪਹਿਲਾਂ ਕਿ ਪੁਲਿਸ ਪਹੁੰਚਦੀ ਇਹ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸੀ। ਤਾਂ ਉਹਨਾਂ ਦੱਸਿਆ ਕਿ ਉਹਨਾਂ ਦੇ ਵੱਲੋਂ ਕੁਝ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਗਈ ਜਦਕਿ ਬਾਕੀ ਸਾਰੇ ਅਣਪਛਾਤੇ ਸੀ। ਜਿਸ ਤੋਂ ਬਾਅਦ ਹੁਣ ਉਹਨਾਂ ਨੇ ਇਸ ਸੰਬੰਧੀ ਪੁਲਿਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ ਅਤੇ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਸਾਰੇ ਹਮਲਾਵਰਾਂ ਨੂੰ ਕਾਬੂ ਕੀਤਾ ਜਾਵੇ। ਖੈਰ ਹਮਲੇ ਦੇ ਪਿੱਛੇ ਕੀ ਵਜ੍ਹਾ ਸੀ ਇਸ ਦੀ ਸੂਚਨਾ ਪਰਿਵਾਰ ਨੂੰ ਵੀ ਨਹੀਂ ਆ। ਉਹਨਾਂ ਕਿਹਾ ਕਿ ਜਦੋਂ ਪੁਲਿਸ ਇਹਨਾਂ ਨੂੰ ਕਾਬੂ ਕਰੇਗੀ ਉਸ ਸਮੇਂ ਹੀ ਹਮਲੇ ਦੀ ਅਸਲ ਵਜ੍ਹਾ ਪਤਾ ਲੱਗੇਗੀ। ਤਾਂ ਉਹਨਾਂ ਨੇ ਇਸ ਸੰਬੰਧੀ CCTV ਵੀਡੀਓ ਵੀ ਪੁਲਿਸ ਨੂੰ ਦਿੱਤੀ ਹੈ ਜਿਸ ਦੇ ਵਿੱਚ ਇਹ ਸਾਰੇ ਹਮਲਾਵਰ ਕੈਦ ਹੋਏ ਨੇ। ਤਾਂ ਦੱਸ ਦਈਏ ਪੂਰਾ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਜਿੱਥੇ ਘਰ ਦੇ ਉੱਤੇ ਹਮਲਾ ਕਰਕੇ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ। ਮੇਰਾ ਨਾਮ ਭਾਈ ਤਰਨਵੀਰ ਆ, ਸਨ ਆਫ ਲੇਖ ਰਾਜ ਅੱਟੇ ਦਾ ਹੀ ਆ ਮੈਂ ਰਹਿਣ ਵਾਲਾ। ਮੈਂ ਗੇੜਾ ਲਾ ਕੇ ਆਇਆ ਸੀ ਜਲੰਧਰੋਂ। ਮੈਂ ਉੱਥੇ ਮੋੜ 'ਤੇ ਖੜ੍ਹਾ ਸੀਗਾ, ਜਦੋਂ ਮੈਂ ਖੜ੍ਹਾ ਮੇਰਾ ਮੁੰਡਾ ਮਿੱਤਰ ਸੀ ਮੇਰਾ ਅਮਰਤ, ਅਤੇ ਅਸੀਂ ਖੜ੍ਹੇ ਸੀ ਦੋਨੇ ਜਾਣੇ, ਅਤੇ ਪਿੱਛੋਂ 15-20 ਜਣੇ ਆਏ ਮੋਟਰ ਵਾਲਿਆਂ ਦੇ, ਇੱਕ ਗੱਡੀ ਆਈ ਅਤੇ ਮੈਂ ਡਰ ਕੇ ਗੱਡੀ ਗਾਂਹ ਨੂੰ ਕਰ ਲਈ, ਇੱਥੇ ਲੈ ਕੇ ਆਇਆ ਮੋਹਰੇ ਤਾਂ ਗੱਡੀ, ਉਹਨਾਂ ਨੇ ਸ਼ੀਸ਼ਾ ਭੰਨ ਦਿੱਤਾ ਗੱਡੀ ਦਾ ਆਣ ਕੇ ਪੈਂਦੀ ਸੱਟੇ ਹੀ, ਅਤੇ ਮੈਂ ਗੱਡੀ ਮੋਹਰੇ ਦੜਾਈ, ਉਹ ਮਗਰ ਪੈ ਗਏ ਸਾਰੇ ਜਣੇ, ਮਗਰ ਉੱਦਾਂ ਹੀ ਗਏ ਇੱਥੇ ਤਾਈਂ, ਫਿਰ ਆਣ ਕੇ ਗਾਲਾ ਗੁਲਾ ਕੱਢਣ ਲੱਗ ਪਏ, ਇੱਦਾਂ ਕਰ ਦਿਆਂਗੇ ਉੱਦਾਂ ਕਰ ਦਿਆਂਗੇ ਤੁਹਾਡੀ, ਫਿਰ ਉਹਨਾਂ ਨੇ ਦਰਵਾਜ਼ੇ ਪੜੇ ਫਿਰ ਫੋਨ 'ਤੇ ਗਾਲਾ ਵੀ ਕੱਢਦੇ ਆ ਫੋਨ ਕਰ ਕਰਕੇ ਸਾਨੂੰ। ਮੇਰੀ ਕੋਈ ਲਾਗ ਡਾਟ ਨਹੀਂ, ਵਿੱਚ ਮੇਰੀ ਗੱਡੀ ਵੀ ਭੰਨ ਦਿੱਤੀ ਉਹਨਾਂ ਨੇ, ਅਤੇ ਉਹਨਾਂ ਨੇ ਗੋਲੀ ਵੀ ਚਲਾਈ ਟਕੂਏ ਸੀ ਉਹਨਾਂ ਕੋਲ ਬੜੇ ਬੜੇ, ਉਹ ਜ਼ੋਰ ਜ਼ੋਰ ਨਾਲ ਮਾਰ ਦੇ ਗਏ ਗੱਡੀ ਦੇ, ਮਾਰਿਆ ਗੱਡੀ ਦੇ ਮਾਰਿਆ ਸ਼ੀਸ਼ਾ, ਇੱਥੇ ਸ਼ੀਸ਼ੇ ਮਾਰਦਾ ਟਕੂਆ ਪਾੜ ਦਿੱਤਾ ਸਾਰੇ। 15-20 ਜਾਣੇ ਸੀਗੇ, ਕਿੰਨੇ ਜਾਣੇ ਆਏ ਸੀ ਇੱਥੇ, ਗੱਡੀ ਆਈ ਸੀ ਇੱਕ। ਹਾਂਜੀ ਜੀ, ਮੈਂ ਅੱਟੇ ਤੋਂ ਮੱਖਣ ਸਿੰਘ ਬੋਲਦਾ ਜੀ। ਸਾਡੇ ਘਰ 'ਤੇ ਹਮਲਾ ਕੀਤਾ ਗਿਆ, 10-15 ਬੰਦਿਆਂ ਨੇ, ਅਣਪਛਾਤੇ ਬੰਦੇ ਆ, ਇੱਕ ਦੋ ਪਛਾਣੇ ਵੀ ਆ ਵਿੱਚੋਂ, ਉਹਨਾਂ ਦੇ ਪਛਾਣਨ 'ਤੇ ਮੈਂ ਅੰਦਰ ਸੀਗਾ, ਮੁੰਡੇ ਨੂੰ ਮਤਲਬ ਪਏ ਉਹ ਬਾਹਰੋਂ ਨੱਠ ਕੇ, ਅਤੇ ਮੁੰਡਾ ਅੰਦਰ ਆ ਵੜਿਆ ਨੱਠ ਕੇ, ਉਹਨੇ ਸਾਡੇ ਗੇਟਾਂ 'ਚ ਸਾਡੇ ਕਿਰਪਾਨਾਂ ਮਾਰੀਆਂ, ਸਾਡੇ ਇੱਕ ਸ਼ੈੱਡ ਜਿਹੇ ਸੀ ਉਹ 'ਚ ਮਾਰੀਆਂ, ਦੋ ਫਾਇਰ ਕੀਤੇ ਇੱਥੇ ਜੀ ਕਰਕੇ। ਜਦੋਂ ਅਸੀਂ ਮਤਲਬ ਬਾਹਰ ਨਿਕਲਦੇ ਸੀ ਤਾਂ ਉਹ ਨੱਠਦੇ ਸੀ ਮੋਰ ਨੂੰ, ਕਦੇ ਪਿੱਛੇ ਨੂੰ, ਇੱਦਾਂ ਕਰਦੇ ਕਰਦੇ 5-7 ਮਿੰਟ ਉਹਨੇ ਖੂਬ ਸਾਡੇ ਖੂਹ 'ਤੇ ਨੰਗਾ ਨਾਚ ਕੀਤਾ ਜੀ ਗੁੰਡਾਗਰਦੀ ਦਾ। ਪੁਲਿਸ ਆਈ ਸੀ, ਮੌਕਾ ਦੇਖ ਕੇ ਚਲੇ ਗਈ, 2-3 ਕੁ ਮਿੰਟ ਬਾਅਦ ਹੀ ਆ ਗਈ ਉਹ ਪਿੰਡ 'ਚੋਂ, ਜਿੱਦੋਂ ਪੁਲਿਸ ਆਈ ਉਹ ਦੂਏ ਪਾਸੇ ਨਿਕਲ ਗਿਆ। ਰੰਜਿਸ਼ ਵਗੈਰਾ ਸੀਗੀਆਂ? ਰੰਜਿਸ਼ ਦਾ ਹੁਣ ਜੀ ਪਤਾ ਲੱਗੂ ਸਵੇਰੇ ਉਹਨਾਂ ਨੂੰ, ਜਿਹੜਾ ਕੋਈ ਬੰਦਾ ਫੜ ਹੋਊ ਫਿਰ ਪਤਾ ਲੱਗੂ ਕੀ ਗੱਲ ਹੈ ਕਾਹਤੇ ਆਏ ਆ।
ਨੈਕ ਵਿੱਚ। ਜਿਹੜੇ ਪਛਾਣੇ ਆ ਤੁਸੀਂ, ਨਾਮ ਵਗੈਰਾ ਪਤਾ ਉਹਨਾਂ ਦਾ? ਉਹ ਹਾਂਜੀ, ਇੱਕ ਉਹ ਮੁੰਡਾ ਦੱਸਦਾ, ਮੁੰਡੇ ਨੇ ਪਛਾਣਿਆ ਜੰਡ ਦਾ ਮੁੰਡਾ ਆ, ਉਹ ਜੰਡੀਆ ਕਰਕੇ ਦੱਸਦੇ ਉਹਨੂੰ। ਅਸੀਂ, ਮੈਂ ਅਤੇ ਮੇਰਾ ਫਰੈਂਡ, ਅਸੀਂ ਇੱਥੇ ਆਪਣੇ ਘਰਾਂ ਦੇ ਬਾਹਰ ਖੜ੍ਹੇ ਸੀਗੇ, ਇੱਧਰੋਂ ਮੁੰਡਿਆਂ ਦੀ ਡਾਰ ਅਤੇ ਡਾਰ ਆਈ, 15-20 ਜਣੇ ਸੀਗੇ, ਉਹਨਾਂ ਨੇ ਆਉਂਦਿਆਂ ਨੇ ਸਾਡੇ 'ਤੇ ਹਮਲਾ ਕਰਤਾ, ਅਸੀਂ ਭੱਜ ਗਏ ਆਪਣੇ ਘਰਾਂ ਦੇ ਅੰਦਰ ਬੜੇ, ਉਹ ਬਾਹਰੋਂ ਟਕੂਏ ਟੂਏ ਲੈ ਕੇ ਆਏ ਸੀ, ਚਾਦਰਾਂ ਪਾੜ ਕੇ ਚਲ ਗਏ ਸਾਡੇ ਘਰੇ ਜੀ। ਕੋਈ ਰੰਜਿਸ਼ ਰੰਜੀ ਸਾਡੀ ਕੋਈ ਰੰਜਿਸ਼ ਨਹੀਂ ਸੀ ਭਾਈ ਯਾਰ, ਭੈਣ ਚੋ ਸਾਡਾ ਤਾਂ ਕੋਈ ਲੈਣਾ ਦੇਣਾ ਵੀ ਨਹੀਂ ਸੀ ਉਹਨਾਂ ਦੇ ਨਾਲ, ਅਤੇ ਆਹ ਗੱਡੀ ਦਾ ਸ਼ੀਸ਼ਾ ਭੰਨ ਕੇ ਦੇਖ ਲਓ ਸਾਡੇ ਸਾਹਮਣੇ ਹੀ ਹੈ ਜੀ। ਅਤੇ ਪੁਲਿਸ ਨੂੰ ਇਨਫੋਰਮ ਕਰ, ਪੁਲਿਸ ਨੂੰ ਕਰਤਾ ਇਨਫੋਰਮ, ਪੁਲਿਸ ਆ ਕੇ ਦੇਖ ਗਈ ਆ ਮੌਕਾ ਜੀ ਸਾਰਾ ਕੁਛ। ਇੱਕ ਸੀਗਾ ਜੰਡੀਆ ਸੀਗਾ ਇੱਥੇ ਜੰਡ ਦਾ, ਇੱਕ ਮੁੰਡਾ ਸੁੱਖਾ ਉਹ ਇਟਲੀ ਦੇ ਵਿੱਚ ਵਾ, ਉਹ ਸੀਗਾ ਬਸ ਜੀ, ਹੋਰ ਨਹੀਂ। ਉਹ ਮੁੰਡਾ ਬਾਹਰ ਬੈਠਾ ਇਟਲੀ 'ਚ, ਅਤੇ ਜਿਹੜਾ ਇੱਥੇ ਮੁੰਡਾ ਜੀ ਉਹ ਜੰਡ ਦਾ ਸੀਗਾ। ਠੀਕ ਹੈ, ਹੋ ਗਿਆ ਮੁੰਡਾ ਸੀਗਾ, ਅਤੇ ਪੁਲਿਸ ਆ ਗਈ ਸਾਡੇ, ਸਾਰਾ ਮੌਕਾ ਦੇਖ ਕੇ ਚੱਲ ਗਈ ਹੈ ਜੀ।